ਮੋਦੀ ਮਰ ਗਿਆ ਹਾਏ ਹਾਏ ਮੋਦੀ ਮਰ ਗਿਆ ਹਾਏ ਹਾਏ ਅਮਿਤ ਸ਼ਾਹ ਮਰ ਗਿਆ ਹਾਏ ਹਾਏ ਅਮਿਤ ਸ਼ਾਹ ਮਰ ਗਿਆ ਜਦੋਂ ਤੱਕ ਉਹ ਅਵਾਨੀ ਅਡਾਨੀਆਂ ਤੋਂ ਮੁਕਤ ਸਰਕਾਰ ਨਹੀਂ ਬਣਦੀ ਚਾਹ ਬੀਜੇਪੀ ਦੀ ਹੋਵੇ ਚਾਹ ਕਾਂਗਰਸ ਦੀ ਹੋਵੇ ਅੱਜ ਆਰਐਸਐਸ ਦੀ ਸਰਕਾਰ ਪੰਜਾਬ ਦੇ ਵਿੱਚ ਹੈ ਉਦੋਂ ਤੱਕ ਸਾਡੇ ਪਰ ਪੰਜਾਬ ਪਰ ਭਾਰਤ ਪਰ ਹਮਲੇ ਹੋਣੇ ਹੋਣੇ ਆਜ ਹਰਿਆਣ ਤੋਂ ਰੰਗ ਜਿਹੜੇ ਕਾਲੇ ਹੋ ਗਏ ਦੇਖੋ ਅੱਜ ਇੱਕ ਕਾਲਾ ਰੰਗ ਹੁੰਦਾ ਹੈ ਰੋਸ਼ ਦਾ ਅੱਜ ਅਸੀਂ ਰੋਸ਼ ਕਰਨ ਵਾਸਤੇ ਆਏ ਆ ਇੱਥੇ ਠੀਕ ਹੈ ਜੀ ਬਈ ਮੋਦੀ ਸਰਕਾਰ ਸ਼ਹਿਰ ਜਾਗ ਜਵੇ ਨਾ ਸਾਡੇ ਪੰਜਾਬ ਦਾ ਸਾਡੇ ਭਾਰਤ ਦਾ ਕਰੋੜਾਂ ਅਰਬ ਰੁਪਏ ਸੜਕਾਂ ਤੇ ਖਰਾਬ ਹੋਵੇ ਮੈਂ ਆਪਣੇ ਆਪ ਤੇ ਕਹੂੰਗਾ ਸਾਡੀ ਕਮੀ ਰਹੀ ਸਾਡੇ ਆਗੂਆਂ ਦੀ ਕਮੀ ਰਹੀ ਅਗਰ ਅਸੀਂ ਉੱਥੇ 20 ਦਿਨ ਹੋਰ ਬੈਠ ਜਾਂਦੇ ਦਿੱਲੀ ਤਾਂ ਅੱਜ ਸਾਨੂੰ ਆ ਸਾਡੇ ਫੇਰ ਬਜ਼ੁਰਗ ਸਾਡੇ ਵੀਰ ਸੜਕਾਂ ਤੇ ਸਾਨੂੰ ਫੇਰ ਉਲਣਨਾ ਪੈਂਦਾ ਮੋਦੀ ਸਾਹਿਬ ਕਹਿੰਦਾ ਜਿਹੜਾ 5 ਰੁਪਏ ਕਮਾਉਂਦਾ ਉਹ ਅਮੀਰ ਹੈ 7000 ਰੁਪਏ ਮੈਂ ਦਊਂਗਾ ਉਹਨੂੰ ਚਿੱਕੜਾ ਮਰਜੀ ਦਵਾ ਮੈਨੂੰ ਘਰ ਘਰ ਚੱਕ ਚਲਾ ਕੇ ਦਿਖਾ ਦੇ ਮੇਰੇ ਪਿੰਡ ਦੇ ਮੁੰਡੇ ਲੱਗੇ ਬਿਜਲੀ ਦਫ਼ਤਰ 'ਚ ਜੇ ਮੋਦੀ ਸਾਹਿਬ ਤਾਂ ਕੱਲੇ ਹੀ ਆ ਉਹਨਾਂ ਦਾ ਤਾਂ ਗੁਜ਼ਾਰਾ ਹੋ ਜਾਣਾ ਸਾਡਾ ਕੋਈ ਪੰਜਾਬੀ ਭਾਈ ਕੋਈ ਗਲਤ ਕੰਮ ਕਰਕੇ ਕਿਤੇ ਵੀ ਚਲੇ ਜਾ ਉਹਨੂੰ ਜੇ ਚੱਕ ਕੇ ਮਿੰਟਾਂ 'ਚ ਲਿਆਉਣੇ ਪੰਜਾਬ 'ਚ ਉਹ ਗੁਜਰਾਤੀ ਕਿਉਂ ਨਹੀਂ ਆਏ ਨਾ ਤੇ ਕਿਤੇ ਨੇ ਕਿਤੇ ਆਪਣੇ ਐ ਨਾ ਉਹ ਤਾਂ ਨਹੀਂ ਆਏ ਕਿਸਾਨ ਮਜ਼ਦੂਰ ਆਵਾਮ ਨਾਲ ਧੱਕਾ ਕਰਨ ਵਾਲੀ ਸਰਕਾਰ ਮੁਰਦਾਬਾਦ 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 ਛੇਟਾਂ ਦੇ ਹੱਕਾਂ ਤੇ ਡੱਕਾ ਮਾਰਨ ਵਾਲੀ ਭਾਜਵਾ ਸਰਕਾਰ ਮੁਰਦਾਬਾਦ ਮੁਰਦਾਬਾਦ ਸਤਿ ਸ਼੍ਰੀ ਅਕਾਲ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਮੈਂ ਸਤਨਾਮ ਸਿੰਘ ਆ ਲੰਮੇ ਸਮੇਂ ਤੋਂ ਸਰਕਾਰਾਂ ਬਦਲੀਆਂ ਪਰ ਪੰਜਾਬ ਜਿਹੜਾ ਖੇਤੀ ਪ੍ਰਧਾਨ ਸੂਬਾ ਇੱਥੋਂ ਦੇ ਕਿਸਾਨਾਂ ਦੇ ਮੁੱਦੇ ਹੱਲ ਨਹੀਂ ਹੋਏ ਲੰਮਾ ਸੰਘਰਸ਼ ਦਿੱਲੀ ਦੀਆਂ ਸਰਹੱਦਾਂ ਦੇ ਉੱਤੇ ਵੀ ਚੱਲਿਆ ਕੇਂਦਰ ਸਰਕਾਰ ਵੀ ਚੱਲਿਆ ਪੰਜਾਬ ਸਰਕਾਰ ਵੀ ਜਿੱਥੇ ਵੱਡੇ ਧਰਨੇ ਲੱਗਦੇ ਰਹੇ ਚੰਡੀਗੜ੍ਹ ਚੰਡੀਗੜ੍ਹ ਵਰਗੇ ਸੂਬੇ ਦੇ ਵਿੱਚ ਸ਼ਹਿਰ ਦੇ ਵਿੱਚ ਜਿਹੜਾ ਵੱਡਾ ਧਰਨਾ ਲੱਗਿਆ ਤਾਂ ਉਸ ਤੋਂ ਇਲਾਵਾ ਹੁਣ ਹੋਰ ਧਰਨੇ ਵੀ ਜਿਹੜੇ ਅੱਗੇ ਅਜੇ ਤੱਕ ਵੀ ਚੱਲੀ ਜਾਂਦੇ ਆ ਹੱਲ ਨਹੀਂ ਹੁੰਦਾ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਗੱਲਬਾਤ ਕਰਦੇ ਸਾਡੇ ਨਾਲ ਕੁਲਵਿੰਦਰ ਸਿੰਘ ਜੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ-ਬਹੁਤ ਧੰਨਵਾਦ ਪੰਜਾਬੀ ਲੋਕ ਚੈਨਲ ਦਾ ਜੀ ਕਿੱਦਾਂ ਦੇਖਦੇ ਹੋ ਸਰਕਾਰਾਂ ਬਦਲੀਆਂ ਸਰਕਾਰਾਂ ਵਾਦੇ ਹਮੇਸ਼ਾ ਕਰਦੀਆਂ ਚੋਣਾਂ ਤੋਂ ਪਹਿਲਾਂ ਕਿ ਅਸੀਂ ਕਿਸਾਨਾਂ ਦੀਆਂ ਮੁਸ਼ਕਲਾਂ ਹੱਲ ਕਰਾਂਗੇ ਪੰਜਾਬ ਖੇਤੀ ਪ੍ਰਧਾਨ ਸੂਬਾ ਪਰ ਅਜੇ ਤੱਕ ਸਮੱਸਿਆਵਾਂ ਹੱਲ ਨਹੀਂ ਹੁੰਦੀ ਦੇਖੋ ਜਦੋਂ ਤੱਕ ਕੋਈ ਵੀ ਸਰਕਾਰ ਹੈ ਜੋ ਕਾਪਰੋਟ ਕਰਾਣੇ ਤੇ ਉੱਠ ਕੇ ਉੱਪਰ ਆਮ ਜਨਤਾ ਦੀ ਨਹੀਂ ਆਉਂਦੀ ਉਦੋਂ ਤੱਕ ਕਿਸਾਨ ਮਜ਼ਦੂਰਾਂ ਦੇ ਛਿੱਤਰ ਪੈਂਦੇ ਰਹਿਣੇ ਆ ਇਹ ਸਾਡੇ ਲੋਕਾਂ ਨੂੰ ਸੋਚਣਾ ਪੈਣਾ ਇਸ ਤੇ ਕਿ ਕੋਈ ਵੀ ਸਰਕਾਰ ਬਣੇ ਜਦੋਂ ਤੱਕ ਉਹ ਅਵਾਨੀ ਅਡਾਨੀਆਂ ਤੋਂ ਮੁਕਤ ਸਰਕਾਰ ਨਹੀਂ ਬਣਦੀ ਚਾਹ ਬੀਜੇਪੀ ਦੀ ਹੋਵੇ ਚਾਹ ਕਾਂਗਰਸ ਦੀ ਹੋਵੇ ਅੱਜ ਆਰਐਸਐਸ ਦੀ ਸਰਕਾਰ ਪੰਜਾਬ ਦੇ ਵਿੱਚ ਹੈ ਉਦੋਂ ਤੱਕ ਸਾਡੇ ਪਰ ਪੰਜਾਬ ਪਰ ਭਾਰਤ ਪਰ ਹਮਲੇ ਹੋਣੇ ਹੋਣੇ ਹਨ ਜਿਵੇਂ ਪਿੱਛੇ ਜੇ ਖੇਤੀ ਕਾਨੂੰਨ ਲਿਆਏ ਸੀ ਮੋਦੀ ਸਰਕਾਰ ਉਹ ਸਿੱਧਾ ਸਿੱਧਾ ਇੱਕ ਐਕਟ ਅਵਾਨੀ ਅਡਾਨੀਆਂ ਨੂੰ ਪੰਜਾਬ ਦੀ ਭਾਰਤ ਦੀ ਜ਼ਮੀਨ ਦੇਣ ਨੂੰ ਸੀ ਕਿਉਂਕਿ ਇਹਨਾਂ ਦੀ ਅੱਖ ਲਾਕਡਾਊਨ ਦੇ ਵਿੱਚ ਸੀ ਕਿ ਸਭ ਤੋਂ ਵੱਧ ਮੁਨਾਫਾ ਕਿਸ ਚੀਜ਼ ਨਾਲ ਤੱਕ ਖੇਤੀਬਾੜੀ ਨੇ ਸਰਕਾਰ ਨੂੰ ਜ਼ਿਮੀਦਾਰਾਂ ਨੂੰ ਨਹੀਂ ਉਹਦੇ ਵਿੱਚ ਮੁਨਾਫਾ ਹੋਇਆ ਸਰਕਾਰ ਨੂੰ بڑے بڑے ਵਪਾਰੀਆਂ ਨੂੰ ਉਹ ਉਹਨਾਂ ਦੀ ਅੱਖ ਜ਼ਮੀਨਾਂ ਤੇ ਆ ਗਈ ਅੱਜ ਇਸ ਤਰ੍ਹਾਂ ਹੀ ਬਿਜਲੀ ਬਿਜਰੀ ਤੇ ਇਹਨਾਂ ਦੀ ਜੇ ਨਵੰਗਲ ਟਾਈਮ ਸਾਥੋ ਗਿਆ ਬਿਜਲੀ ਬਿਜਲੀ ਅੱਜ ਖੋਣ ਨੂੰ ਤਿਆਰ ਰਹੇ ਇਹ ਬਿੱਲ ਲਿਆ ਆ ਵੀ ਇਹ ਵੀ ਕਾਬੂ ਰੋਟ ਕਰਾਣੇ ਹੁੰਦੇ ਨੇ ਕਿ ਉਹ ਆਪਣੀ ਮਰਜ਼ੀ ਨਾਲ ਫਿਰ ਸਾਨੂੰ ਬਿਜਲੀ ਦੇਣਗੇ ਕਿਆ ਰੇਟ ਦੇਣੀ ਹੈ ਫਿਰ ਉਹਨਾਂ ਦਾ ਫੈਸਲਾ ਹੋਊਗਾ ਇਹ ਨਹੀਂ ਹੈਗਾ ਵੀ ਅਸੀਂ ਦਬਾਅ ਸਰਕਾਰ ਤੇ ਪਾ ਕੇ ਬਿਜਲੀ ਕਟਵਾ ਲਈਏ ਅੱਬ ਦਵਾ ਲਈਏ ਉਹ ਨਹੀਂ ਹੋਣਾ ਇਹ ਕਾਪਰਿਟ ਕਰਾਣਿਆਂ ਦੀ ਸਰਕਾਰ ਕਾਪਰਿਟ ਕਰਾਣਿਆਂ ਬਾਰੇ ਸੋਚਦੀ ਹੈ ਅੱਜ ਤੁਸੀਂ ਫਿਰ ਇੱਥੇ ਕਿਉਂ ਇਕੱਠੇ ਹੋਏ ਆ ਅੱਜ ਕੋਈ ਅਜਿਹਾ ਫੈਸਲਾ ਆਇਆ ਜਿਹਦੇ ਕਰ ਅਵਰੋਚ ਤੁਸੀਂ ਖੜੇ ਹੋਏ ਹੋ ਦੇਖੋ ਜੀ ਇਹ ਸਰਕਾਰ ਇੱਕ ਬਿਲ ਦੁਆਰੇ ਨੇ ਸੰਸਦ ਚ ਪੇਸ਼ ਕਰਨਾ ਬਿਲ ਅਸੀਂ ਉਸ ਤੋਂ ਪਹਿਲਾਂ ਅੱਜ ਇੱਥੇ ਸਰਕਾਰ ਦੇ ਕੰਨਾਂ ਦੀ ਜੂੰਰ ਸਰਕਾਉਣ ਵਾਸਤੇ ਇਕੱਠੇ ਹੋਏ ਆ ਕਿਉਂਕਿ ਜਿਵੇਂ 2020 'ਚ ਇਕੱਠੇ ਹੋਏ ਸੀ ਕਿ ਜੇ ਤੁਸੀਂ ਇਹ ਬਿੱਲ ਪਾਸ ਕਰੋਗੇ ਫਿਰ ਸਾਨੂੰ ਦਿੱਲੀ ਵੱਲ ਤੁਰਨਾ ਪਊਗਾ ਉਹ ਕਾਨੂੰਨ ਇਹ ਵੀ ਰੱਦ ਕਰਾਉਣ ਵਾਸਤੇ ਤਾਂ ਕਰਕੇ ਅੱਜ ਅਸੀਂ ਸਰਕਾਰ ਨੂੰ ਹਿਲਾਉਣ ਵਾਸਤੇ ਇੱਥੇ ਮੋਦੀ ਦਾ ਅਮਿਤ ਸ਼ਾਹ ਦਾ ਤੋਮਰ ਦਾ ਪੁਤਲਾ ਫੁਕਣ ਵਾਸਤੇ ਇੱਥੇ ਇਕੱਠੇ ਹੋਏ ਆ ਜੇ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਆਪਣੇ ਸਿਰ ਤੇ ਬਿਠਾ ਲੂਗੀ ਫਿਰ ਸਰਕਾਰ ਦਾ ਤਾਂ ਕੋਈ ਜ਼ੋਰ ਨਹੀਂ ਰਹਿਣਾ ਤਾਂ ਸਰਕਾਰ ਕਿਉਂ ਚਾਹੇਗੀ ਕਿ ਕਾਰਪੋਰੇਟ ਘਰਾਣੇ ਉਹਨਾਂ ਤੋਂ ਵੀ ਜਿਹੜੇ ਤਾਕਤਵਰ ਹੋ ਜਾਣ ਸਰਕਾਰ ਤਾਂ ਸਾਰਿਆਂ ਨੂੰ ਆਪਣੇ ਅੰਦਰ ਹੀ ਰੱਖੂਗੀ ਨਾ ਦੇਖੋ ਜੀ ਕਿਸਾਨ ਮਜ਼ਦੂਰ ਤੋਂ ਕੋਈ ਫੰਡ ਨਹੀਂ ਮਿਲਦਾ ਉਹਨਾਂ ਨੂੰ ਕਾਰਪੋਰੇਟ ਘਰਾਣੇ ਫੰਡ ਦਿੰਦੀ ਹੈ ਚਾਹੇ ਉਹ ਕਿਸੇ ਦੀ ਸਰਕਾਰ ਆ ਉਹ ਉਹਨਾਂ ਦੋਹਾਂ ਨੂੰ ਫੰਡ ਬਰਾਬਰ ਦੇਣਾ ਕਰੋੜਾਂ ਰੁਪਇਆ ਅਰਬ ਰੁਪਇਆ ਇਲੈਕਸ਼ਨਾਂ 'ਚ ਇਹਨਾਂ ਨੂੰ ਦਿੰਦੀ ਹੈ ਤੇ ਇਹ ਫਿਰ ਸਾਡੇ ਬਾਰੇ ਕਿਉਂ ਸੋਚੂ ਇਹਨਾਂ ਨੇ ਉਹਨਾਂ ਕੰਪਨੀਆਂ ਵਾਸਤੇ ਸੋਚਣਾ ਜਿਨ੍ਹਾਂ ਤੋਂ ਉਹਨਾਂ ਨੂੰ ਕਰੋੜਾਂ ਰੁਪਇਆ ਆਉਣਾ ਇਸ ਕਰਕੇ ਬਿੱਲ ਏਕੇ ਆ ਰਹੀ ਹੈ ਉਹਨਾਂ ਨੂੰ ਸਭ ਕੁਝ ਦੇਣ ਵਾਸਤੇ ਲਟਾਉਣ ਵਾਸਤੇ ਤਾਂ ਤੁਸੀਂ ਹੁਣ ਕਿਸਾਨ ਜਿਹੜੇ ਹੈਗੇ ਮੋਟਰਾਂ ਜਿਹੜੀਆਂ ਹੈਗੀਆਂ ਉਹਨਾਂ ਦਾ ਬਿੱਲ ਪਹਿਲਾਂ ਮਾਫ ਕੀਤੇ ਗਏ ਸੀ ਮੋਟਰਾਂ ਦੇ ਬਿੱਲ ਹੀ ਦਿੱਤੇ ਜਾਂਦੇ ਸੀਗੇ ਤੇ ਹੁਣ ਤੁਹਾਨੂੰ ਖਦਸ਼ਾ ਇਹ ਕਿ ਇਸ ਤਰ੍ਹਾਂ ਦਾ ਕਿਸਾਨ ਦੱਬੂਗਾ ਦੇਖੋ ਮੇਰੀਆਂ ਪਹਿਲਾਂ ਵੀ ਜਿੰਨੀ ਮਰਜੀ ਵਾਈਟਾ ਕੱਢ ਕੇ ਦੇਖ ਲਿਓ ਮੈਂ ਹਰੇਕ ਨੂੰ ਕਿਹਾ ਵੀ ਸਾਨੂੰ ਬਿਜਲੀ ਦਾ ਮੋਟਰਾਂ ਦੇ ਬਿੱਲ ਲਾਓ 50 ਰੁਪਏ 60 ਰੁਪਏ ਹੌਸਪਾਵਰ ਲਾਓ ਇਹ ਸਾਡੇ ਤੇ ਇੱਕ ਬਹੁਤ ਵੱਡਾ ਕਲੰਕ ਹੈ ਕਿ ਜ਼ਿਮੀਂਦਾਰਾਂ ਨੂੰ ਬਿਜਲੀ ਦੇ ਬਿੱਲ ਫ੍ਰੀ ਹੈ ਇਹ ਬਾਦਲ ਸਰਕਾਰ ਲੈ ਕੇ ਆਈ ਸੀ ਸਾਸੀ ਕੋਈ ਪਖਾਰੀ ਨਹੀਂ ਹੈ ਕਿ ਅਸੀਂ ਕੰਮ ਕਰਕੇ ਆਪਣਾ ਗੁਜ਼ਾਰਾ ਕਰਨ ਜਾਣਦੇ ਆਂ ਦਸਾਂ ਕਿਰਤ ਨੌਆਂ ਦੀ ਕਮਾਈ ਕਰਨੀ ਸੀ ਜਾਣਦੇ ਆਂ ਅਸੀਂ ਨਹੀਂ ਕਹਿੰਦੇ ਕਿ ਸਾਨੂੰ ਬਿਜਲੀ ਫਰੀਦੋ ਯਾਰ ਬਿਜ ਲਾਓ ਘਰ ਦੀ ਬਿਜਲੀ ਕਿਆ ਰੇਟ ਕਰੀ ਵੀ ਐ ਜੇ ਮੋਟਰਾਂ ਦੀ ਸਾਡੀ ਮਾਫ ਕਰਤੀ ਘਰ ਦੀ ਦੇਖ ਲਓ ਕਿਆ ਰੇਟ ਐ ਸਾਨੂੰ ਮਾਫੀ ਨਹੀਂ ਹੈਗੀ ਉਹ ਸਾਨੂੰ ਤਾਂ ਸਾਡੇ ਹੀ ਜੁੱਤੀਆਂ ਸਾਡੇ ਹੀ ਸਿਰ ਬਰਾਬਰ ਕਰਿਆ ਵਾਏ ਸਰਕਾਰ ਨੂੰ ਲਾਉਣੇ ਚਾਹੀਦੇ ਬਿੱਲ ਅਸੀਂ ਕਦੋਂ ਕਹਿਆ ਵੀ ਸਾਡੇ ਬਿਜਲੀ ਮੋਟਰਾਂ ਦੇ ਬਿੱਲ ਮਾਫ ਕਰੋ 100 ਰੁਪਏ 50 ਰੁਪਏ 60 ਰੁਪਏ ਜੋ ਵੀ ਸਰਕਾਰ ਨੂੰ ਬੈਨੀਫਿਟ ਬੈਠਦਾ ਉਹ ਬਿੱਲ ਨਵੇਂ ਸਾਥੇ ਅਸੀਂ ਦਵਾਂਗੇ ਠੀਕ ਹੈ ਜੀ ਅਸੀਂ ਨਹੀਂ ਕਹਿਆ ਸਰਕਾਰ ਨੂੰ ਮaaf ਕਰੋ ਪਰ ਸਰਕਾਰ ਆਪਣੇ ਜਿਵੇਂ ਆ ਹੁਣ ਬੱਸਾਂ ਕਰਾਇਆ ਫ੍ਰੀ ਕਰਤਾ ਹੋਰ ਕਰਤਾ ਇਹ ਲੋਕਾਂ ਨੂੰ ਲੌਲੀਪੌਪ ਦੰਨੀਆਂ ਪਰ ਕੱਢਣਾ ਸਾਡੇ ਸਿਰ ਤੇ ਹੀ ਐ ਇਦਾਂ ਨੂੰ ਨਾ ਇਦਾਂ ਨੂੰ ਸਹੀ ਕੰਨ ਸਾਡੇ ਹੀ ਪਟਣਾ ਇਹਨਾਂ ਨੇ ਆਏ ਨਹੀਂ ਪਟੂਗਾ ਐ ਕਾ ਪਟ ਲੈਣਾ ਇਸ ਕਰਕੇ ਸਾਡੇ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਅਸੀਂ ਨਹੀਂ ਕਹਿੰਦੇ ਸਰਕਾਰ ਨੂੰ ਸਾਨੂੰ ਮੋਟਰਾਂ ਦੇ ਮੇਲ ਮaaf ਕਰੋ ਅਸੀਂ ਕਹਿੰਦੇ ਸਾਤੋ ਬਿੱਲ ਲਓ ਅਸੀਂ ਦੇਣ ਨੂੰ ਤਿਆਰ ਆ ਅੱਜ ਹਰਿਆਣ ਤੋਂ ਰੰਗ ਜਿਹੜੇ ਕਾਲੇ ਹੋ ਗਏ ਦੇਖੋ ਅੱਜ ਇਹ ਕਾਲਾ ਰੰਗ ਹੁੰਦਾ ਇਹ ਰੋਸ਼ ਦਾ ਅੱਜ ਅਸੀਂ ਰੋਸ਼ ਕਰਨ ਵਾਸਤੇ ਆਏ ਆ ਇੱਥੇ ਠੀਕ ਹੈ ਜੀ ਵੀ ਮੋਦੀ ਸਰਕਾਰ ਸ਼ਹਿਰ ਜਾਗ ਜਵੇ ਨਾ ਸਾਡੇ ਪੰਜਾਬ ਦਾ ਸਾਡੇ ਭਾਰਤ ਦਾ ਕਰੋੜਾਂ ਅਰਬ ਰੁਪਏ ਸੜਕਾਂ ਤੇ ਖਰਾਬ ਹੋਵੇ ਜਿਵੇਂ ਕਰੋੜਾਂ ਰੁਪਏ ਉੱਥੇ ਖਰਾਬ ਹੋਇਆ ਨਾ ਦਿੱਲੀ ਬੈਠ ਕੇ ਅੱਧੇ ਪੰਜਾਬ ਦਾ ਕਰਜ਼ਾ ਲੈ ਜਾਂਦਾ ਉਸ ਦੇ ਨਾਲ ਪਰ ਜੇ ਸਰਕਾਰ ਲੋਕਾਂ ਦੀ ਹੋ ਕੇ ਚੱਲੇ ਤਾਂ ਸਾਡਾ ਭਾਰਤ ਕੈਨੇਡਾ ਅਮਰੀਕਾ ਦੇ ਬਰਾਬਰ ਹੋ ਜਾਵੇ ਪਰ ਉਹ ਕਿਤੇ ਨਾ ਕਿਤੇ ਉਹਨਾਂ ਦੀ ਹੀ ਬਣ ਕੇ ਰਹਿ ਗਈ ਜਿਨ੍ਹਾਂ ਜਿਨ੍ਹਾਂ ਦੇ ਹੱਥ ਵਿੱਚ ਇਹਨਾਂ ਦੀ ਪੂੰਛ ਵੜੀ ਹੋਈ ਹੈ ਮੋਦੀ ਅਵਾਨੀ ਅਡਾਨੀਆਂ ਦੀ ਉਹ ਕਿੱਟੀ ਮਰੋੜਨੇ ਤੋਂ ਡਰਦੀਆਂ ਮੋਦੀ ਸਰਕਾਰ ਉਹਨਾਂ ਵਾਸਤੇ ਹੀ ਸਾਰਾ ਕੁਝ ਬਿਲ ਬੋਲ ਲੈ ਕੇ ਆ ਰਹੇ ਐਨਾ ਖਰਚਾ ਤੁਸੀਂ ਕਹਿੰਦੇ ਹੋ ਸਿੰਘੂ ਬਾਰਡਰ ਦੇ ਉੱਤੇ ਦਿੱਲੀ ਬੈਠੇ ਰਹੇ ਉੱਥੇ ਕਰਤਾ ਲੰਮਾ ਸਮਾਂ ਵੀ ਬੈਠੇ ਰਹੇ ਫੇਰ ਤਾਂ ਤੁਸੀਂ ਫੇਰ ਅੱਜ ਰੌਲਾ ਤਾਂ ਫੇਰ ਮੁੱਕਿਆ ਹੀ ਨਹੀਂ ਹੈਗਾ ਅੱਜ ਵੀ ਉੱਥੇ ਹੀ ਰੌਲਾ ਰਹੇ ਹੋ ਫੇਰ ਉੱਥੇ ਬੈਠਣ ਦਾ ਕੀ ਫਾਇਦਾ ਹੋਇਆ ਨਾ ਜੀ ਦੇਖੋ ਮੈਂ ਹੁਣ ਗਰੇਜ ਨਹੀਂ ਕਰੂੰਗਾ ਇਹ ਵੀ ਸਾਡੀ ਕਮੀ ਰਹੀ ਮੈਂ ਆਪਣੇ ਆਪ 'ਤੇ ਕਰੂੰਗਾ ਕਿ ਸਾਡੀ ਕਮੀ ਰਹੀ ਸਾਡੇ ਆਗੂਆਂ ਦੀ ਕਮੀ ਰਹੀ ਅਗਰ ਅਸੀਂ ਉੱਥੇ 20 ਦਿਨ ਹੋਰ ਬੈਠ ਜਾਂਦੇ ਦਿੱਲੀ ਤਾਂ ਅੱਜ ਸਾਨੂੰ ਆ ਸਾਡੇ ਫੇਰ ਬਜ਼ੁਰਗ ਸਾਡੇ ਵੀਰ ਸੜਕਾਂ ਤੇ ਸਾਨੂੰ ਫੇਰ ਰੋਲਣਾ ਪੈਂਦਾ ਕਿਉਂਕਿ ਉਸ ਟਾਈਮ ਸਰਕਾਰ ਦੇ ਕੰਡ ਦੇ ਵਿੱਚ ਇੱਕ ਗੁੱਟਲੀ ਫਸੀ ਹੋਈ ਸੀ ਇਲੈਕਸ਼ਨ ਜੁਪੀ ਦਾ ਸਰਕਾਰ ਲੇਲੜੀਆਂ ਕੱਢਦੀ ਸੀ ਕਿ ਸ਼ਿੰਗੂ ਬਾਰਡਰ ਖਾਲੀ ਕਰੋ ਟਿੱਕਰੀ ਬਾਰਡਰ ਖਾਲੀ ਕਰੋ ਘਰ ਨੂੰ ਜਾਓ ਦੱਸੋ ਕਿਆ ਮੰਗਾਉਣਾ ਹੈ ਸਾਡੇ ਆਗੂ ਨੇ ਕਾਲ ਕਰੀ ਇਲੈਕਸ਼ਨ ਲਾਂਡ ਦੀ ਲਾ ਲਓ ਜਾਂ ਫਿਰ ਉਹਨਾਂ ਦਾ ਘੋਖੇਚੜੀ ਤੇ ਉਹ ਲਾ ਲਓ ਹੁਣ ਸਿੱਧੀ ਉਹ ਸਾਫ ਗੱਲ ਹੈ ਉਸ ਕਾਰਨ ਕਰਕੇ ਇਹ ਬਿਜਲੀ ਸੋਧ ਬਿੱਲ ਸਾਡੇ 'ਤੇ ਦੁਬਾਰਾ ਥੋਪਿਆ ਗਿਆ ਤੇ ਮੈਂ ਲੋਕਾਂ ਨੂੰ ਵੀ ਬੇਨਤੀ ਕਰਦਾ ਕਿ ਕਿਸੇ ਦੇ ਨਾਲ ਤੁਰਨ ਤੋਂ ਪਹਿਲਾਂ ਉਹਨੂੰ ਪੁੱਛੋ ਬਾਈ ਇਹ ਤੂੰ ਕਿਉਂ ਆਇਆ ਸੀ ਉੱਥੋਂ ਇਹ ਬਿੱਲ ਵਾਪਸ ਕਰਵਾ ਕੇ ਕਾਨੂੰਨ ਰੱਦ ਕਰਵਾਉਣ ਤੋਂ ਬਾਅਦ ਪਰਚੇ ਰੱਦ ਕਰਵਾ ਕੇ ਆਉਂਦਾ ਜਿਵੇਂ ਲਕੀਮ ਪਖੀਰੀ ਵਾਲੇ ਮਾਮਾ ਦੇ ਪੁੱਤਾਂ ਦੇ ਪਰਚੇ ਆ ਉਹ ਸਬ ਪਰਾਣੇ ਹੀ ਅਸੀਂ ਦਿੱਲੋਂ ਖੱਟ ਕੇ ਕੀ ਲੈ ਕੇ ਆਏ ਕੁਝ ਵੀ ਨਹੀਂ ਯਾਰ ਬਿੱਲ ਰੱਦ ਕਰਵਾਏ ਬਿੱਲ ਥੋਪੇ ਅਸੀਂ ਰੱਦ ਕਰਵਾਏ ਪਰ ਜਿਹੜੇ ਸਾਡੇ ਪਰ ਮੁੰਡੇ ਉਪਰਚੇ ਆ ਸਾਡੇ 4-5 ਵੀਰ ਜੇਲ੍ਹ ਚ ਬੈਠੇ ਆ ਉਹ ਮਾਵਾ ਪਰ ਕਿਹਾ ਬੀਤ ਗਈ ਹੈ ਪੁੱਛ ਕੇ ਦੇਖੋ ਨਾ ਉਹਨਾਂ ਨੂੰ ਜੀਹੜੇ ਮਾਵਾ ਤੇ ਬੀਤਦੀ ਹੈ ਇਸ ਕਰਕੇ ਸਾਡੀ ਗਲਤੀ ਹੈ ਮਹਿਮਾਨ ਦਾ ਕੋਈ ਮੰਨੇ ਨਾ ਮੰਨੇ ਵੀ ਦਹੀਂ ਜੀ ਬਥੇਰੀਆਂ ਛੇਕੀਆਂ ਮਾਰਦੇ ਆ ਬਥੇਰੇ ਕੈਮਰਿਆਂ ਮੂਰੇ ਪਰ ਮੈਂ ਮੰਨਦਾ ਸਾਡੀ ਗਲਤੀ ਸੀ ਕਿ ਅਸੀਂ ਸਿਰ ਕੁਝ ਨਹੀਂ ਖੱਟ ਕੇ ਲੈ ਕੇ ਆਏ ਤੁਸੀਂ ਕਹਿੰਦੇ ਕਿ ਬਿਜਲੀ ਸੋਧ ਬਿੱਲ ਜਿਹੜਾ ਹੈਗਾ ਸਾਡੇ ਖਿਲਾਫ ਆ ਰਿਹਾ ਤੇ ਸਰਕਾਰ ਕਿਉਂ ਹੁਣ ਕਰੂਗੀ ਇਦਾਂ ਇੰਨਾ ਚਿਰ ਸਰਕਾਰ ਨੇ ਉੱਥੇ ਤੁਹਾਨੂੰ ਬਿਠਾ ਕੇ ਤੁਹਾਡੀਆਂ ਮੰਗਾਂ ਸਾਰੀਆਂ ਮੰਨੀਆਂ ਹੁਣ ਸਰਕਾਰ ਦੁਬਾਰਾ ਥੋੜੇ ਚਾਹੂਗੀ ਕਿ ਸਾਡੇ ਗਲੇ ਦੀ ਹੱਡੀ ਬਣ ਜਵੇ ਕਿਸਾਨ ਫੇਰ ਉੱਥੇ ਆ ਕੇ ਬਹਿ ਜਾਣ ਸਰਕਾਰ ਇਹ ਜੇ ਬਿੱਲ ਤਾਂ ਦੁਬਾਰਾ ਲੈਣ ਦਾ ਸੋਚ ਵੀ ਨਹੀਂ ਸਕਦੀ ਬਿੱਲੇ ਤੁਸੀਂ ਦੇਖਿਆ ਤੁਹਾਡੇ ਫਾਇਦੇ ਦਾ ਨਹੀਂ ਕਿਤੇ ਇਹ ਬਿਲਕੁਲ ਨਹੀਂ ਜੀ ਹੈਗਾ ਜੇ ਸਾਡੇ ਫਾਇਦੇ ਦਾ ਹੋਵੇ ਫ ਬੇਰਤਾ ਹੋਣਾ ਚਾਹੀਦਾ ਸੀ ਕਿ ਅਸੀਂ ਇੰਨੇ ਮੁਲਾਜ਼ਮ ਰੱਖ ਰਹੇ ਹਾਂ ਬਿਜਲੀ ਦਫ਼ਤਰ ਚ ਇੰਨੇ ਮਾਸਟਰ ਰੱਖ ਰਹੇ ਹਾਂ ਇੰਨੇ ਆਹ ਰੱਖ ਰਹੇ ਹਾਂ ਬਿੱਲ ਕਿ ਆਏ ਸਾਰਾ ਕੁਝ ਪ੍ਰਾਈਵੇਟ 7000 ਰੁਪਏ ਅੱਜ ਪ੍ਰਾਈਵੇਟ ਦੇ ਰਹੀ ਐ 7000 ਚ ਗੁਜ਼ਾਰਾ ਕਰਕੇ ਦਿਖਾ ਦੇ 3000 ਰੁਪਏ ਦਾ ਮੋਟਰਸਾਈਕਲ ਡੀਜ਼ਲ ਪੈਟਰੋਲ ਖਾ ਜਾਂਦਾ 7000 ਚ ਬੱਚੇ ਪਾਲ ਲੂ ਕੋਈ ਮੋਦੀ ਸਾਹਿਬ ਕਹਿੰਦਾ ਜਿਹੜਾ 5 ਰੁਪਏ ਕਮਾਉਂਦਾ ਉਹ ਅਮੀਰ ਹੈ 7000 ਰੁਪਏ ਮੈਂ ਦਊਂਗਾ ਉਹਨੂੰ ਜਿੱਕਣਾ ਮਰਜ਼ੀ ਦਵਾ ਮੈਨੂੰ ਘਰ ਘਰ ਚੱਕ ਚਲਾ ਕੇ ਦਿਖਾ ਦੇ ਮੇਰੇ ਪਿੰਡ ਦੇ ਮੁੰਡੇ ਲੱਗੇ ਬਿਜਲੀ ਦਫ਼ਤਰ ਚ ਮੋਦੀ ਸਾਹਿਬ ਤਾਂ ਇਕੱਲੇ ਹੀ ਆ ਉਹਨਾਂ ਦਾ ਤਾਂ ਗੁਜ਼ਾਰਾ ਹੋ ਜਾਣਾ ਉਹ ਇਹੀ ਤਾਂ ਸਮਝ ਨਹੀਂ ਆ ਰਹੀ ਉਹ ਕਰ ਕੀ ਵਾਸਤੇ ਰਿਹਾ ਛੜਾ ਆਦਮੀ ਕਿਹਦੇ ਵਾਸਤੇ ਕਰ ਰਹੀ ਹੈ ਇਹ ਤਾਂ ਸਮਝ ਨਹੀਂ ਆ ਰਹੀ ਆ 5 7 10 ਸਾਲ ਦੀ ਉਮਰ 65 ਸਾਲ ਦਾ ਹੋ ਗਿਆ ਉਹ 70 ਕੇ ਸਾਲ ਦੀ ਉਮਰ ਹੈਗੀ ਸਾਡੀ ਤਾਂ ਪੂਰੇ ਭਾਰਤ ਦੇ ਵਿੱਚ 70 ਸਾਲ ਬਾਅਦ ਅਸੀਂ ਮਰ ਜੰਨੇ ਮੈਨੂੰ ਇਹ ਹੀ ਤਾਂ ਸਮਝ ਨਹੀਂ ਆ ਰਿਹਾ ਉਹ ਕਰ ਕੀ ਦੇ ਵਾਸਤੇ ਰਿਹਾ ਉਹ ਤਾਂ ਕਹਿੰਦੇ ਮੈਂ ਹਮ ਤਾਂ ਫਕੀਰ ਆਦਮੀ ਹੈ ਬਾਈ ਝੋਲਾ ਉਠਾ ਕੇ ਚਲੇ ਜਾਏਗੇ ਚੋੜਾ ਤਾਂ ਉਹਨੇ ਚੱਕਿਆ ਵਈ ਹੈ ਕਰੋੜਾ ਰੁਪਈਆ ਉਹਦੇ ਸਾਥੀ ਲੈ ਕੇ ਬਾਹਰ ਭੱਜ ਗਏ ਕੈਨੇਡਾ ਅਮਰੀਕਾ ਚ ਉਹਨਾਂ ਦਾ ਮਾਫ ਕਰਤਾ ਝੋੜਾ ਉਹ ਉਹਨੇ ਖਾਲੀਓ ਰੱਖਣਾ ਪਰ ਚੋਰ ਉਹਦੇ ਨਾਲ ਜਿਹੜੇ ਭੱਜ ਗਏ ਉਹਨਾਂ ਦਾ ਮਾਫ ਕਿਉਂ ਕਰਿਆ ਕਿਸੇ ਗਰੀਬ ਦਾ ਕਰਿਆ ਮਜ਼ਦੂਰ ਦਾ ਕਰਜ਼ਾ ਮਾਫ ਕਰ ਦਿੰਦਾ ਜੁਪੀ ਦੇ ਵਿੱਚ ਲੋਕ ਮੈਂ ਅਸੀਂ ਜੁਪੀ ਚ ਜਾਂਦੇ ਰਹਨੇ ਆ 75% ਲੋਕਾਂ ਦੇ ਪੈਰਾਂ ਚੱਪਲਾ ਨਹੀਂ ਬਿਹਾਰ ਦੇ ਵਿੱਚ ਸੜਕਾਂ ਨਹੀਂ ਬਣੀਆਂਆਂ ਜਿਹੜਾ ਉਹਨਾਂ ਦਾ ਕਰਜ਼ਾ ਮਾਫ਼ ਕਰਿਆ ਉਹਨਾਂ ਨੂੰ ਫੜ ਕੇ ਜੇੜ ਚ ਕਰਦੇ ਉੱਥੇ ਸੜਕਾਂ ਬਣਾਉਂਦੇ ਉਹ ਵੀ ਸਾਡੇ ਵੀਰ ਹੈ ਸਾਡੇ ਭਰਾ ਆਏ ਉਹ ਵੀ ਜਿਹੜੇ ਜੁਪੀ ਵਾਲੇ ਆ ਉਹਨਾਂ ਨੇ ਸੜਕਾਂ ਬਣਾਉਂਦਾ ਪਰ ਉਹਨਾਂ ਦਾ ਮਾਫ਼ ਕਰਤਾ 2000 ਰੁਪਏ ਜੁਰਮਾਨਾ ਇੱਕ ਬੰਦਾ ਕਰੋੜਾਂ ਰੁਪਏ ਲੈ ਕੇ ਭੱਜ ਜਵੇ ਪਰ ਉਹਦੀ ਸਰਕਾਰ 2000 ਰੁਪਏ ਨੂੰ ਜੁਰਮਾਨਾ ਕਰੇ ਲੱਖ ਲਾਂਤ ਰਹੇ ਜੇ ਪੀਐਮ ਤੇ ਕਹਿਣ ਤੇ ਸ਼ਰਮ ਆਉਂਦੀ ਹੈ ਵੀ ਸਾਡਾ ਪ੍ਰਧਾਨ ਮੰਤਰੀ ਮੋਦੀ ਬਣਿਆ ਆਉਂਦੀ ਹੈ ਕਿ ਨਹੀਂ ਆਉਂਦੀ ਹੈ ਜੇ ਸਾਡੇ ਕੋਲ ਕਰਜ਼ਾ ਹੋ ਜਵੇ ਭਾਂਜ ਬੈਂਕ ਵਾਲੇ ਸਾਡੇ ਸਾਡੇ ਸਾਹਮਣੇ ਖੜ ਜਾਨੇ ਆ ਕੇ ਭਰੋ ਨਹੀਂ ਤੁਹਾਡਾ ਟਰੈਕਟਰ ਚੱਕ ਲੈ ਜਾਣਾ ਦੱਸੋ ਜੀ ਇਹ ਕਹਾਣੀ ਬੰਦ ਨਹੀਂ ਹੈਗੀ ਕਿਤੇ ਇਹ ਤਾਂ ਨਹੀਂ ਵੀ ਇਸ ਕਰਕੇ ਸਰਕਾਰ ਸਾਰਾ ਕੋਈ ਪ੍ਰਾਈਵੇਟ ਕਰ ਰਹੀ ਹੈ ਕਿਉਂਕਿ ਮੋਦੀ ਸਾਹਿਬ ਨੇ ਇਸ ਵਾਰੀ ਜਦੋਂ 15 ਅਗਸਤ ਤੇ ਭਾਸ਼ਣ ਦਿੱਤਾ ਹੈ ਦੋ ਗੱਲਾਂ ਤੇ ਉਹਨਾਂ ਨੇ ਖਾਸ ਜ਼ੋਰ ਦਿੱਤਾ ਇੱਕ ਕ੍ਰਾਪਸ਼ਨ ਤੇ ਦੂਜਾ ਭਾਈ ਭਤੀਜਾਵਾਦ ਕਿਤੇ ਇਹ ਤਾਂ ਨਹੀਂ ਵੀ ਪ੍ਰਾਈਵੇਟ ਸੈਕਟਰ ਜੇ ਹੋ ਜਾਊਗਾ ਸਾਰਾ ਕੁਝ ਤਾਂ ਕ੍ਰਾਪਸ਼ਨ ਖਤਮ ਹੋ ਜਾਊਗੀ ਸਰਕਾਰੀ ਈਦਾਰੀਆਂ ਕਰਕੇ ਕ੍ਰਾਪਸ਼ਨ ਫੈਲੀ ਹੋਈ ਇਸ ਕਰਕੇ ਤਾਂ ਨਹੀਂ ਉਹ ਕਰ ਰਹੇ ਵੀ ਸਾਰਾ ਪ੍ਰਾਈਵੇਟ ਕਰ ਦੋ ਕ੍ਰਾਪਸ਼ਨ ਨੇ ਮੁੱਕੇ ਨਹੀਂ ਮੇਰੀ ਇੱਕ ਗੱਲ ਸੁ ਕਰੋੜਾਂ ਅਰਬਾਂ ਰੁਪਇਆ ਲੈ ਕੇ ਭੱਜੇ ਆਉਰੇ ਤੇ ਉਹ ਕ腐ਪਸ਼ਨ ਨਹੀਂ ਹੂੰ ਕਿ ਉਹਨਾਂ ਨੇ ਵਾਪਸ ਨਹੀਂ ਤੇ ਲਿਆ ਸਕਦੇ ਸਾਡਾ ਚਲੋ ਹੁਣ ਤੁਸੀਂ ਕਹਿਣਾ ਵੀ ਗੱਲ ਪੁੱਠੇ ਬਸੋਂ ਲੈ ਗਿਆ ਸਾਡਾ ਕੋਈ ਪੰਜਾਬੀ ਭਾਈ ਕੋਈ ਗਲਤ ਕੰਮ ਕਰਕੇ ਕਿਤੇ ਵੀ ਚਲੇ ਜਾ ਉਹਨੂੰ ਜੇ ਚੱਕ ਕੇ ਮਿੰਟਾਂ ਚ ਲਿਆਉਣੇ ਪੰਜਾਬ ਚ ਉਹ ਗੁਜਰਾਤੀ ਕਿਉਂ ਨਹੀਂ ਆਏ ਨਾ ਤੇ ਕਿਤੇ ਨੇ ਕਿਤੇ ਆਪਣੇ ਆ ਨਾ ਉਹ ਤਾਂ ਨਹੀਂ ਆਏ ਇਹ ਗੱਲ ਕਲੀਅਰ ਹੈ ਸਾਨੂੰ ਸੋਚਣੀ ਪੈਣੀ ਹੈ ਸਾਡਾ ਭਾਈ ਥਾਈਲੈਂਡ ਕਿਤੇ ਬੈਠਾ ਵਾ ਜਿਹੜੇ ਮਿੰਟਾਂ ਚ ਪੰਜਾਬ ਲੈ ਆਉਣੇ ਚਾਹ ਕੇ ਉਹਨੂੰ ਤਿਹਾਰ ਜੇਲ੍ਹ ਚ ਠੋਕੇ ਹੋਏ ਆ। ਉਹ ਤਾਂ ਕਹਿੰਦੇ ਸਾਡੇ ਸਾਰੇ ਭਾਰਤ ਦੇ ਲੋਕ ਮੇਰੇ ਪ੍ਰੀਏ ਦੇਸ਼ ਵਾਸੀ ਹੋ ਕਹਿੰਦੇ ਮੋਦੀ ਸਾਹਿਬ। ਮੈਂ ਉਹੀ ਕਹਿ ਰਿਹਾ ਫਿਰ ਉਹ ਕਿਉਂ ਨਹੀਂ ਆਏ? ਜਿਹੜੇ ਉਹ ਲਲਿਤ ਮੋਦੀ ਦਾਹੀਂ ਕਰੋੜਾ ਰੁਪਿਆ ਲੈ ਕੇ ਗਏ ਆ ਉਰੇ ਦਾ ਉਹਨਾਂ ਦਾ ਮਾਫ਼ ਕਿਉਂ ਕਰਿਆ ਗਿਆ? ਤੁਸੀਂ ਕਹਿੰਦੇ ਸਾਡੇ ਪੰਜਾਬੀਆਂ ਨੂੰ ਤੁਸੀਂ ਆਪਣੇ ਨਹੀਂ ਸਮਝਦੇ ਹੋ ਵੀ ਮੋਦੀ ਸਾਹਿਬ ਤੁਹਾਨੂੰ ਆਪਣੇ ਸਮਝਦੇ ਹੋ ਤਾਂ ਸਾਰਿਆਂ ਨੂੰ ਆਪਣੇ ਪ੍ਰੀਏ ਕਹਿੰਦੇ ਆ। ਜਿਸ ਦਿਨ ਸਾਡੇ ਪੰਜਾਬ ਵਾਸਤੇ ਸੋਚੂਗਾ ਉਸ ਦਿਨ ਅਸੀਂ ਉਹਦੇ ਪੈਰ ਧੋ ਕੇ ਪੀਲਾਂਗੇ। ਅਸੀਂ ਇੰਨਾ بڑا ਸਮਝਦੇ 90% ਕੁਰਬਾਨੀਆਂ ਦੇ ਕੇ ਭਾਰਤ ਉਹਨਾਂ ਨੂੰ ਲੈ ਕੇ ਦਿੱਤਾ ਇੱਕ ਬੰਦਾ ਦੱਸ ਦੋ ਜਿੱਥੇ ਪੰਜਾਬ ਦਾ ਬੈਠਾ ਹੋਵੇ ਦਿੱਲੀ ਦੇ ਵਿੱਚ ਜਿਹੜਾ ਹੁਕਮ ਚਲਾਉਂਦਾ ਹੋਵੇ ਠੀਕ ਹੈ ਅਸੀਂ ਸਾਰੇ ਭਾਈ ਚਾਰਕ ਸਾਂਝ ਲੈ ਕੇ ਚੱਲਣਾ ਚਾਹੁੰਦੇ ਹਾਂ ਸਾਰੇ ਨਾਲ ਪਰ ਇਹ ਬਿੱਤ ਕਰੇ ਸਾਡੇ ਪੰਜਾਬ ਨਾਲੇ ਕਿਉਂ ਹੁੰਨੇ ਨੰਗਲ ਡੈਮ ਪੰਜਾਬ ਆ ਕੇ ਕਿਉਂ ਖੋਇਆ ਗਿਆ ਯੂਨੀਵਰਸਿਟੀ ਕਿਉਂ ਖੋਈ ਗਈ ਚੰਡੀਗੜ੍ਹ ਕਿਉਂ ਖੋਇਆ ਗਿਆ ਹੈ ਜਵਾਬ ਉਹਨਾਂ ਕੋਲ ਕਿਤੇ ਕੋਈ ਤੁਹਾਡੇ ਸਾਹਮਣੇ ਆਏ ਉਹਨੂੰ ਪੁੱਛਿਓ ਵੀ ਪੰਜਾਬ ਪਰ ਡਾਕੇ ਕਿਉਂ ਵੱਜਦੇ ਇਹ ਗੱਲ ਹੈਗੀ ਹੈ ਨਾ ਕਿਤੇ ਨਾ ਕਿਤੇ ਸਾਨੂੰ ਆਪਣਾ ਹੀ ਸਮਝ ਦੇਦਾ ਮਤਲਬ ਉਹ ਉਹ ਤਾਂ ਤੁਸੀਂ ਬਿਲ ਮਾਫ ਕਰਾ ਲੇ ਜੇ ਹੁਣ ਇਹ ਮਾਫ ਨਹੀਂ ਹੁੰਦਾ ਫਿਰ ਤਾਂ ਫਿਰ ਕੀ ਰਹੂਗਾ ਦੇਖੋ ਅੱਜ ਸ਼ੁਰੂਆਤ ਹੈ ਜੀ ਅੱਗੇ-ਅਗੇ ਦੇਖੋ ਹੁੰਦਾ ਹੈ ਕਿਆ ਜੋ ਨਹੀਂ ਕਰੂਗਾ ਫਿਰ ਅਸੀਂ ਕਿਹੜੇ ਪਿੱਛੇ ਮੁੜਨੇ ਵਾਲੇ ਆ ਪਹਿਲੇ ਵਾਲੇ ਮਾਹੌਲ ਤੇ ਵੀ ਜਾ ਸਕਦਾ ਕੰਮ ਕੋਲ ਜਾ ਸਕਦਾ ਜੀ ਹੁਣ ਨਹੀਂ 22 ਚ 23 ਚਲੇ ਜਾਉਗੇ ਇਹ ਸਿਰਫ ਤੁਹਾਡੀ ਜਥੇਬੰਦੀ ਇਸ ਸਮੇਂ ਇੱਥੇ ਖੜੀ ਹੈ ਜਾਂ ਫਿਰ ਸਮੂਹ ਜਥੇਬੰਦੀਆਂ ਜਿਹੜੀਆਂ ਪੰਜਾਬ ਦੀਆਂ ਹੈਗੀਆਂ ਉਹ ਇਕੱਠਾ ਤਾਂ ਇਸ ਬਿਲ ਦੇ ਖਿਲਾਫ ਕਰ ਰਹੀਆਂ ਨਹੀਂ ਅੱਜ ਉਹ ਸਾਡੀ ਖੋਸਾ ਜਥੇਬੰਦੀ ਖੜੀ ਹੈ ਜੀ ਜਿੰਨੀਆਂ ਵੀ ਗੈਰ ਰਾਜਨੀਤਿਕ ਜਥੇਬੰਦੀਆਂ ਜਿਨ੍ਹਾਂ ਨੇ ਇਲੈਕਸ਼ਨਾਂ ਤੋਂ ਦੂਰ ਰੱਖਿਆ ਜਿਹ ਅੰਦੋਲਨ ਦੇ ਵਿੱਚੋਂ ਛੱਡ ਕੇ ਉਹ ਸਾਰੇ ਸਾਡੇ ਨਾਲ ਐ 13 14 ਜਥੇਬੰਦੀਆਂ ਸਾਡੇ ਨਾਲ ਖੜੀਆਂ ਅਸੀਂ ਜਿੰਨੇ ਚੋਕੇ ਹੈਗੇ ਇਲੈਕਸ਼ਨ ਆਪਣਾ ਸੰਗਰਾਸ਼ ਕਰਦੇ ਰਾਵਾਂਗੇ ਤੇ ਇਹ ਬਿੱਲ ਜਦੋਂ ਤੱਕ ਰੱਦ ਨਹੀਂ ਹੁੰਦਾ ਉਦੋਂ ਤੱਕ ਸ਼ਹਿਰ ਸਾਨੂੰ ਦਿੱਲੀ ਵੀ ਜਾਣਾ ਪਵੇ ਨਹੀਂ ਜਿਹੜੀ ਜਥੇਬੰਦੀਆਂ ਨੇ ਇਲੈਕਸ਼ਨ ਲੜਿਆ ਉਹ ਵੀ ਤਾਂ ਇਹ ਚੀਜ਼ ਦਾ ਅੱਜ ਵੀ ਦਾਵਾ ਕਰਦੀਆਂ ਕਿ ਅਸੀਂ ਕਿਸਾਨਾਂ ਦੇ ਹਿੱਤ ਦੇ ਵਿੱਚ ਆ ਅਸੀਂ ਤਾਂ ਇਲੈਕਸ਼ਨ ਦੇ ਵਿੱਚ ਇਸ ਕਰਕੇ ਲੜੇ ਆ ਤਾਂ ਕਿ ਅਸੀਂ ਸਰਕਾਰ ਚਾਕੇ ਕਿਸਾਨਾਂ ਦੀ ਸਮੱਸਿਆਵਾਂ ਦਾ ਹੱਲ ਕਰ ਸਕੀਏ ਦੇਖੋ ਉਹਦਾ ਇੱਕ ਕਾਰਨ ਹੈ ਜੀ ਇਲੈਕਸ਼ਨ ਲੜਨਾ ਕੋਈ ਗੁਨਾ ਨਹੀਂ ਮੈਂ ਕਹਿੰਦਾ ਪਰ ਜਿਸ ਜਿਸ ਤੰਗ ਨਾਲ ਲੜੀ ਗਈ ਉਹ ਗੁਨਾ ਹੈ ਅਗਰ ਉੱਥੇ ਤੇ ਲਖੀਮ ਪਖੀਰੀ ਵਾਲੇ ਪਰਚੇ ਰੱਦ ਕਰਵਾ ਕੇ ਆਉਂਦੇ ਅਗਰ ਲਖੀਮ ਪਖੀਰੀ ਵਾਲੇ ਮੁੰਡੇ ਬਾਹਰ ਕਢਵਾ ਕੇ ਆਉਂਦੇ ਫੇਰ ਪੰਜਾਬ ਚ ਇਲੈਕਸ਼ਨ ਲੜਦੇ ਮੈਂ ਠਿੱਕ ਠੋਕ ਕੇ ਕਹਿੰਦਾ ਕੱਲਾ ਕੱਲਾ ਕਿਸਾਨ ਜਿੱਤਿਆ ਬਹੁੰਦਾ ਲੋਕਾਂ ਨੇ ਵੀ ਦੇਖਿਆ ਨਾ ਜਿਹਦੇ ਪੁੱਤ ਅੰਦਰ ਬੈਠੇ ਆ ਉਹ ਕਿੱਕੜਾ ਵੋਟ ਪਾ ਦਿੰਦਾ ਯਾਰ ਇਹ ਗੱਲਾਂ ਬਹੁਤ ਐ ਵਿਚਾਰਨ ਵਾਲੀਆਂ ਸਮਝਣ ਵਾਲੀਆਂ ਸੋ ਬਿਲਕੁਲ ਦੁਬਾਰਾ ਸੰਘਰਸ਼ ਜਿਹੜੇ ਹੈਗੇ ਆ ਫੇਰ ਪੰਜਾਬ ਦੀ ਧਰਤੀ ਦੇ ਉੱਤੇ ਸ਼ੁਰੂ ਹੋਏ ਨੇ ਕਿਸਾਨ ਇਕੱਠੇ ਹੋਏ ਨੇ ਹਾਲਾਂਕਿ ਉਹ ਤਿੰਨ ਬਿੱਲ ਜਿਹੜੇ ਹੈਗੇ ਆ ਕਿਸਾਨਾਂ ਦੇ ਸਰਕਾਰ ਨੇ ਮਾਫ ਕੀਤੇ ਸੀ ਜਿਨ੍ਹਾਂ ਦੇ ਲਈ ਲੰਮੇ ਸਮੇਂ ਸੰਘਰਸ਼ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਕੀਤਾ ਗਿਆ ਪਰ ਕਿਤੇ ਨਾ ਕਿਤੇ ਕਿਸਾਨਾਂ ਦਾ ਹੁਣ ਜਿਹੜਾ ਕਹਿਣਾ ਹੈ ਇਹਨਾਂ ਨੂੰ ਖਤਸ਼ਾ ਹੈ ਕਿ ਜਲਦੀ ਫੇਰ ਉਹ ਜਿਹੜੇ ਬਿਜਲੀ ਸੋਧ ਬੇਲਾ ਉਹ ਉਹਨਾਂ ਦੇ ਉੱਤੇ ਕਾਨੂੰਨ ਸਰਕਾਰ ਲਿਆ ਸਕਦੀ ਹੈ ਜਿਸ ਦੇ ਚਲਦਿਆ ਪਹਿਲਾਂ ਹੀ ਰੋਸ ਪ੍ਰਦਰਸ਼ਨ ਕਰਨੇ ਸ਼ੁਰੂ ਕਰ ਦਿੱਤੇ ਗਏ ਨੇ ਤਾਂ ਜਿਹੜੀਆਂ ਗੈਰ ਰਾਜਨੀਤਿਕ ਜਥੇਬੰਦੀਆਂ ਇਹਨਾਂ ਨੇ ਕਿਹਾ ਕਿ ਕਿਸਾਨਾਂ ਦੀਆਂ ਉਹ ਸਾਰੀਆਂ ਇਹਨਾਂ ਦੇ ਨਾਲ ਨੇ ਤੇ ਵੱਡੇ ਪੱਧਰ ਤੇ ਪ੍ਰਦਰਸ਼ਨ ਕੀਤੇ ਜਾਣਗੇ ਜੇਕਰ ਸਰਕਾਰ ਫੇਰ ਪਹਿਲਾਂ ਦੀ ਤਰਜ਼ ਦੇ ਉੱਤੇ ਬਿਲ ਇਹਨਾਂ ਦੇ ਉੱਤੇ ਥੋਪਦੀ ਹੈ ਤਾਂ ਇਹ ਸੰਘਰਸ਼ ਫੇਰ ਪਹਿਲਾਂ ਵਾਂਗ ਵੱਡਾ ਸੰਘਰਸ਼ ਬਣ ਸਕਦਾ ਹੈ ਸਤਨਾਮ ਸਿੰਘ ਪੰਜਾਬੀ ਲੋਕ ਚੈਨਲ ਰੋਪਰ